ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਿੱਖੀਜ਼ਮ ਬਾਏ ਬਲੈਕ ਹੋਲ ਪੁਆਇੰਟ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਭਾਈ ਮਤੀ ਦਾਸ ਜੀ ਬਾਰੇ। ਨਵੰਬਰ 1675 ਈਸਵੀ ਦੇ ਵਿੱਚ ਕੱਟੜ ਬਾਦਸ਼ਾਹ ਔਰੰਗਜ਼ੇਬ ਵੱਲੋਂ ਭਾਈ ਮਤੀ ਦਾਸ ਜੀ ਨੂੰ ਸਿਰ ਤੋਂ ਹੇਠਾਂ ਮਤੀ ਦਾਸ ਜੀ ਨੂੰ ਸਿਰ ਤੋਂ ਹੇਠਾਂ ਤੱਕ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ। ਇਹ ਗੁਰੂ ਤੇਗ ਬਹਾਦਰ ਜੀ ਦਾ ਪਿਆਰਾ ਸਿੱਖ ਸੀ। ਇਸ ਨੇ ਆਪਦੀ ਸਿੱਖੀ ਸਿਦਕ ਨਿਭਾਉਂਦੇ ਹੋਏ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਦੇ ਆਪ ਨੂੰ ਸ਼ਹੀਦ ਕਰਵਾ ਦਿੱਤਾ, ਪਰ ਔਰੰਗਜ਼ੇਬ ਦੀ ਈਨ ਨਾ ਦਿੱਤਾ, ਪਰ ਔਰੰਗਜ਼ੇਬ ਦੀ ਈਨ ਨਾ ਮੰਨੀ। ਇਸ ਨੂੰ ਔਰੰਗਜ਼ੇਬ ਨੇ ਪੁੱਛਿਆ ਕਿ ਇਸ ਦੀ ਆਖਰੀ ਇੱਛਾ ਕੀ ਹੈ, ਤਾਂ ਭਾਈ ਮਤੀ ਦਾਸ ਜੀ ਨੇ ਜੱਲਾਦ ਤੋਂ ਆਪਣੀ ਆਖਰੀ ਇੱਛਾ ਉਹਨਾਂ ਨੂੰ ਦੱਸਦਿਆਂ ਕਿਹਾ ਕਿ ਜਦੋਂ ਤੁਸੀਂ ਮੇਰਾ ਸਰੀਰ ਆਰੇ ਨਾਲ ਚੀਰੋਗੇ ਤਾਂ ਮੇਰਾ ਮੂੰਹ ਹੈ, ਮਤਲਬ ਜਿਹੜਾ ਮੇਰਾ ਮੁੱਖ ਆ, ਮੂੰਹ ਹੈ ਮਤਲਬ ਜਿਹੜਾ ਮੇਰਾ ਮੁੱਖ ਆ, ਮੇਰੇ ਮੁਰਸ਼ਦ ਵੱਲ ਭਾਵ ਮੇਰੇ ਗੁਰੂ ਵੱਲ, ਗੁਰੂ ਤੇਗ ਬਹਾਦਰ ਜੀ ਵੱਲ ਹੋਣਾ ਚਾਹੀਦਾ ਹੈ। ਧੰਨਵਾਦ, ਧੰਨ ਹੈ ਤੇਰੀ ਸਿੱਖੀ।